ਮੈਂ ਕਿਹਾ ਜੀ ਕੀ ਹੋਇਆ? ਕੁਛ ਨਹੀਂ, ਬੈਠ ਗੱਡੀ ਚ। ਆ ਵੇਖੋ ਸਾਈ ਬਾਬਾ ਬੁੱਢਨ ਸ਼ਾਹ ਜੀ ਦਾ ਦਰਬਾਰ। ਮੇਰਾ ਬੜਾ ਹੀ ਜੀ ਕਰਦਾ ਸੀ ਇੱਥੇ ਜਾਣ ਨੂੰ। ਜੇ ਹੁਣ ਆਪਾਂ ਇੱਥੇ ਆਏ ਆ ਤਾਂ ਦਰਸ਼ਨ ਹੀ ਕਰ ਚੱਲਦੇ ਆ। ਜਿਹੜਾ ਸਾਈਂ ਬਾਬਾ ਬੁੱਢਨ ਸ਼ਾਹ ਤੇ ਸਾਰੇ ਬਾਬੇ ਬਣੇ ਫਿਰਦੇ ਨੇ, ਥਾਂ ਥਾਂ ਤੇ ਦਰਬਾਰ ਖੁੱਲੇ ਹੋਏ ਨੇ। ਚੱਲ ਬੈਠ ਗੱਡੀ ਚ। ਚੱਲ ਬਹਿ ਜਾ ਹੁਣ। ਮੈਂ ਉਸ ਤੋਂ ਬਲਿਹਾਰੇ ਜਾਵਾਂ ਤੇਰਾ ਜਿਸ ਕਲਬੂਤ ਬਣਾਇਆ, ਪੰਜ ਤੱਤ ਇਕੱਠੇ ਕਰਕੇ ਜਿਸਨੇ ਰੂਹ ਵਿੱਚ ਆਣ ਟਿਕਾਇਆ, ਕਿਸੇ ਚੀਜ਼ ਦੀ ਕਸਰ ਨਾ ਛੱਡੀ, ਹਰ ਰੰਗ ਐਸਾ ਲਾਇਆ, ਕਾਦਰ ਦੀ ਕੁਦਰਤ ਦਾ ਜਮਲਾ, ਜੱਟਾ ਤੇਰਾ ਭੇਦ ਕਿਸੇ ਨਾ ਪਾਇਆ। ਦੋਸਤੋ ਇਹ ਜੋ ਸੂਫੀਆਂ ਦਾ ਰੰਗ ਮੈਂ ਤੁਹਾਡੀ ਨਜ਼ਰ ਕਰਨ ਜਾ ਰਿਹਾ, ਇਹਦੇ ਵਿੱਚ ਕੋਈ ਇਸ਼ਕ ਮੁਜਾਜ਼ੀ ਵਾਲੀ ਗੱਲ ਨਹੀਂ ਹੈ, ਬਲਕਿ ਇਸ਼ਕ ਹਕੀਕੀ ਦੀ ਗੱਲ। ਸਾਨੂੰ ਠੱਗ ਲੈਣਾ ਕਈਆਂ ਨੂੰ ਤੂੰ ਠੱਗ ਗਈ, ਇਹ ਰੂਹ ਅਤੇ ਬੁੱਤ ਦੇ ਸਵਾਲ ਜਵਾਬ ਨੇ। ਜਿਹੜੀ ਰੂਹ ਹੈ ਉਹ ਬੁੱਤ ਨੂੰ ਕਹਿੰਦੀ ਹੈ। ਇਹ ਕੋਈ ਅੱਜ ਕੱਲ੍ਹ ਦੀ ਗੱਲ ਨਹੀਂ, ਕੋਈ ਨਵੀਂ ਗੱਲ ਨਹੀਂ, ਇੱਕ ਬਹੁਤ ਪਾਕ ਬੜੀ ਪੁਰਾਣੀ ਗੱਲ ਹੈ ਕਿ ਸਾਨੂੰ ਠੱਗ ਲੈਣਾ ਕਈਆਂ ਨੂੰ ਤੂੰ ਠੱਗ ਗਈ, ਨੀ ਤੇਰੇ ਨਾਲ ਕੀ ਲਾਉਣੀਆਂ, ਸਾਡੀ ਲੱਗਣੀ ਸੀ ਸਾਈਆਂ ਨਾਲ ਲੱਗ ਗਈ, ਨੀ ਤੇਰੇ ਨਾਲ ਕੀ ਲਾਉਣੀ। ਠੱਗ ਲੈਣਾ
ਮੈਂ ਕਿਹਾ ਜੀ ਗੱਡੀ ਰੋਕੋ। ਹੁਣ ਕੀ ਹੋਇਆ? ਦੱਸਦੀ ਏ ਬਣ ਕੇ ਕਿ ਸਾਨੂੰ ਖੂਬਸੂਰਤ ਉਸਨੇ ਬਣਾਇਆ ਤੈਨੂੰ ਮਿੱਟੀ ਦੀ ਏ ਮੂਰਤ। ਮੈਂ ਕਿਹਾ ਜੀ ਬਾਬਾ ਜੀ ਤੇ ਮੱਥੇ ਟੇਕ ਆਵਾ। ਛੱਡੀ ਨਾ ਕੋਈ ਮੜੀ ਮਸੀਹ। ਦੱਸਦੀ ਏ ਬਣ ਕੇ ਕਿ ਸਾਨੂੰ ਖੂਬਸੂਰਤ ਉਸਨੇ ਬਣਾਇਆ ਤੈਨੂੰ ਮਿੱਟੀ ਦੀ ਏ ਮੂਰਤ। ਤੁਸੀਂ ਇੰਜ ਕਿਉਂ ਕਹਿੰਦੇ ਹੋ? ਜਾ ਠੀਕ ਹੈ ਜਿਹੜਾ ਤੂੰ ਬੱਠਾ ਮਸਾ ਠੀਕ।
ਬਾਬਾ ਜੀ, ਜੈ ਪੀਰਾਂ ਦੀ। ਜੈ ਸਾਈਂ ਬੁੱਢਣ ਸ਼ਾਹ ਜੀ। ਲੱਗਦਾ ਸਾਈਂ ਬੁੱਢਣ ਸ਼ਾਹ ਜੀ ਦੇ ਦਰਸ਼ਨ ਨਹੀਂ ਹੋਏ। ਚਾ ਬਾਬਾ ਜੀ, ਤੁਸੀਂ ਇਹ ਸਭ ਕਿਵੇਂ ਜਾਣਦੇ ਹੋ? ਜੇ ਤੈਨੂੰ ਸਾਈਂ ਬੁੱਢਣ ਸ਼ਾਹ ਜੀ ਦੇ ਦੀਦਾਰ ਹੋਏ ਹੁੰਦੇ ਤਾਂ ਤੇਰਾ ਚਿਹਰਾ ਇੰਨਾ ਉਦਾਸ ਨਹੀਂ ਸੀ ਹੋਣਾ। ਉਹਨਾਂ ਦਰਗਾਹਾਂ ਤੇ ਤਾਂ ਨੂਰ ਵਰਸਦਾ। ਸਾਈਂ ਜੀ ਦੇ ਦਰਸ਼ਨ ਜਿਨ੍ਹਾਂ ਨੂੰ ਹੋ ਜਾਂਦੇ ਨੇ ਉਹਨਾਂ ਦੇ ਚਿਹਰੇ ਤਾਂ ਖਿਲੇ ਵੇ ਹੁੰਦੇ ਨੇ। ਬਾਬਾ ਜੀ, ਉਹਨਾਂ ਨੇ ਮੇਰਾ ਕਹਿਣਾ ਹੀ ਨਹੀਂ ਮੰਨਿਆ। ਫਿਕਰ ਨਾ ਕਰ, ਜਦੋਂ ਉਹ ਮੁਨਾਸਿਬ ਸਮਝੇਗਾ ਤਾਂ ਇਹ ਲੋਕ ਕਹਿਣਾ ਵੀ ਮੰਨ ਲਿਆ ਕਰਦੇ ਨੇ ਤਾਂ ਵਕਤ ਬੇਵਕਤ ਉਹਦੇ ਦਰਬਾਰ ਤੇ ਜਾ ਕੇ ਸਜਦਾ ਵੀ ਜ਼ਰੂਰ ਕਰਿਆ ਕਰ। ਨਾਲੇ ਅਸੀਂ ਵਕਤ ਸਿਰ ਘਰੇ ਪਹੁੰਚਣਾ, ਤੁਸੀਂ ਮੇਰੇ ਨਾਲ ਆਓਗੇ? ਯਾ ਖੁਦਾ, ਸਾਡੀ ਕੀ ਔਕਾਤ ਕਿ ਅਸੀਂ ਤੇਰੇ ਹੁਕਮ ਤੋਂ ਬਿਨਾਂ ਤੇਰੇ ਦਰਬਾਰ ਤੇ ਆਈਏ। ਮਾਲਕ ਦੇ ਦਰਬਾਰ ਵਿੱਚ ਕੇਵਲ ਭਗਤ ਪਿਆ। ਬਾਈ ਜੀ, ਮੇਰੇ ਘਰ ਜੋ ਵੀ ਬਰਕਤਾਂ ਨੇ ਜੀ ਜੀ, ਸਭ ਸਾਈਂ ਬਾਬਾ ਬੁੱਢਣ ਸ਼ਾਹ ਦੀ ਬਦੌਲਤ ਨੇ। ਮੈਨੂੰ ਤਾਂ ਤਾਰ ਦਿੱਤਾ ਉਹਨਾਂ ਨੇ। ਬਾਈ ਜੀ, ਇਸ ਵਾਰ ਮੈਂ ਵੀ ਜਾਵਾਂਗਾ ਤੁਹਾਡੇ ਨਾਲ ਬਾਬਾ ਜੀ ਦੇ ਦਰਬਾਰ ਤੇ। ਬਈ ਅਸੀਂ ਕੌਣ ਹੁੰਦੇ ਆ ਲੈ ਕੇ ਜਾਣ ਵਾਲੇ, ਬਾਬਾ ਜੀ ਆਪ ਹੀ ਬੁਲਾ ਲੈਂਦੇ ਨੇ। ਠੀਕ ਹੈ ਬਾਈ ਜੀ, ਫਿਰ ਸਾਨੂੰ ਜ਼ਰੂਰ ਲੈ ਕੇ ਚੱਲਿਓ ਸਾਈਂ ਬਾਬਾ, ਪੀਰ ਬਾਬਾ, ਬੁੱਢਣ ਸ਼ਾਹ ਜੀ ਦੇ ਦਰਬਾਰ ਤੇ ਜ਼ਰੂਰ ਲੈ ਕੇ ਚੱਲਿਓ ਬਾਈ ਜੀ। ਰਾਜੋ, ਰਾਜੋ ਪਾਣੀ ਦਾ ਗਲਾਸ ਲੈ ਕੇ ਆ। ਆਈ ਜੀ, ਮੈਂ ਖੇਤਾਂ ਵੱਲ ਗੇੜਾ ਮਾਰ ਕੇ ਆਵਾਂ, ਦੇਖਦੇ ਆ ਭੰਗੀ ਹੁਣੀ ਕੰਮ ਕਰਦੇ ਕਿ ਨਹੀਂ। ਜਲਦੀ ਆ ਜਰਾ। ਆਲੋ ਜੀ, ਮੈਂ ਕਿਹਾ ਜੀ ਤੁਸੀਂ ਕੁਝ ਸੁਣਿਆ? ਲੋਕ ਨਾ ਬਾਬਾ ਜੀ ਬਾਰੇ ਗੱਲਾਂ ਕਰਦੇ ਪਏ ਸੀ। ਲੋਕਾਂ ਦਾ ਦਿਮਾਗ ਖਰਾਬ ਹੋ ਗਿਆ, ਨਾਲ ਨਾਲ ਤੇਰਾ ਵੀ। ਪਤਾ ਨੀ ਕੀ ਬਣੂ ਇਹਨਾਂ ਲੋਕਾਂ ਦਾ। ਹਾਂ ਵੀ ਬਾਈ, ਜਰਾਵਰ ਸਿੰਘ ਕੀ ਹਾਲ ਚਾਲ ਹੈ? ਹੋਰ ਬਾਈ ਗੁਰਮੀਤ ਮਾਨ, ਕੀ ਹਾਲ ਹੈ ਤੁਹਾਡਾ ਤੇ ਤੁਹਾਡੀ ਗਾਇਕੀ ਦਾ? ਬਹੁਤ ਵਧੀਆ ਗਾਇਕੀ ਦਾ। ਆਹ ਪ੍ਰਸ਼ਾਦ ਲੈ ਤੇ ਮੂੰਹ ਮਿੱਠਾ ਕਰ ਤੇ ਆਪਣਾ ਜੀਵਨ ਸਫਲ ਕਰ। ਇਹ ਬਈ ਕਿਸ ਖੁਸ਼ੀ ਚ? ਅਸੀਂ ਬਾਬਾ ਬੁੱਢਣ ਸ਼ਾਹ ਜੀ ਦੇ ਦਰਬਾਰ ਤੋਂ ਆਏ ਆ। ਪਹਿਲਾਂ ਕਮਲ ਬਹੁਤ ਬਿਮਾਰ ਰਹਿੰਦਾ ਸੀ ਤੇ ਉਹਨਾਂ ਦੀ ਬਦੌਲਤ ਹੁਣੇ ਬਿਲਕੁਲ ਠੀਕ ਹੈ ਤੇ ਸਕੂਲ ਵੀ ਜਾਣ ਲੱਗ ਪਿਆ।
ਹਾਂ ਵੀ ਜਰਾਵਰ ਸਿੰਘਾਂ, ਪਾਇਲ ਬਿਲਕੁਲ ਠੀਕ ਕਹਿੰਦੀ ਹੈ। ਇਹ ਸਾਰਾ ਕੁਝ ਉਸ ਸਾਈਂ ਜੀ ਦੀ ਬਦੌਲਤ ਹੋਇਆ। ਅਸੀਂ ਚੱਲਦੇ ਹਾਂ, ਫੇਰ ਮਿਲਾਂਗੇ। ਇਹ ਤੇ ਇਹਨਾਂ ਦੇ ਬਾਬੇ। ਨਹੀਂ ਵੇ, ਨਹੀਂ ਸੱਜਣਾ, ਇਹ ਤੂੰ ਚੰਗੀ ਗੱਲ ਨਹੀਂ ਕੀਤੀ। ਉਹ ਚੱਲਿਆ ਮੁਕੱਦਸ ਦਰਗਾਹਾਂ ਦਾ ਪ੍ਰਸ਼ਾਦ ਤਾਂ ਭਾਗਾਂ ਵਾਲਿਆਂ ਨੂੰ ਨਸੀਬ ਹੁੰਦਾ, ਤੇ ਤੂੰ ਸਾਈਂ ਜੀ ਦਾ ਪ੍ਰਸ਼ਾਦ ਵਗਾ ਸੁੱਟਿਆ। ਇਹ ਤਾਂ ਅਜੇ ਮੈਂ ਪ੍ਰਸ਼ਾਦ ਹੀ ਸੁੱਟਿਆ। ਜੇ ਮੇਰਾ ਵਸ ਚੱਲੇ ਨਾ, ਮੈਂ ਤਾਂ ਇਹਨਾਂ ਲੋਕਾਂ ਨੂੰ ਕਾਰ ਵਾਸੋ ਕੇ ਬੋਲ ਰਿਹਾ ਸੱਜਣਾ। ਜੋ ਉਹ ਤੋਂ ਹੋ ਸਕਣਾ ਉਹ ਤੇਰੀ ਸੋਚ ਤੋਂ ਵੀ ਬਾਹਰ, ਤੁਹਾਡੀ ਤਾਂ ਮੇਰਾ ਮਤਲਬ ਡੰਗਰਾਂ ਨੂੰ ਅੱਗ ਲੱਗ ਗਈ ਹੈ। ਕੀ ਬਖ ਜਾਣਾ ਤੂੰ ਡੰਗਰਾਂ ਨੂੰ ਅੱਗ? ਉਹ ਭੰਗਿਆ, ਅੱਜ ਭੰਗ ਤੈਨੂੰ ਜ਼ਿਆਦਾ ਦਿਨ ਚੜ ਗਈ। ਉਹ ਡੰਗਰਾਂ ਨੂੰ ਨੀ, ਫਸਲਾਂ ਨੂੰ ਅੱਗ ਲੱਗ ਪਈ ਹੈ। ਫਸਲਾਂ ਨੂੰ ਇਹ ਕਿਵੇਂ ਹੋ ਸਕਦਾ? ਚਲੋ ਮੇਰੇ ਨਾਲ। ਓਏ ਪੰਗੀ, ਖੇਤਾਂ ਨੂੰ ਤਾਂ ਅੱਗ ਲੱਗ ਗਈ ਹੈ, ਕਿਤੇ ਤੇਰੀ ਭੰਗ ਨਾ ਸੜ ਗਈ ਹੋਵੇ। ਉਹਨੂੰ ਤਾਂ ਬਚਾਉਣਾ ਹੀ ਪੈਣਾ। ਮੈਂ ਕਿਉਂ ਦੌੜ ਕੇ ਜਾਵਾਂ? ਮੈਂ ਤਾਂ 2 ਕਦਮ ਘੱਟ ਤੁਰੂੰਗਾ, ਪਰ ਤੁਰੂੰਗਾ ਹਿੱਕ ਦੇ ਜ਼ੋਰ ਦੇ ਨਾਲ। ਮੈਂ ਕਿਉਂ ਭੱਜੀ ਜਾਂਦਾ ਮੜਕ ਦੇ ਨਾਲ?
ਉਹ ਮੈਂ ਪਹਿਲਾਂ ਭੰਗ ਬਚਾਵਾਂ। ਹਾਂ ਆ ਕਿੱਧਰ ਵੜ ਗਿਆ ਸੀਗਾ, ਅੱਗ ਤਾਂ ਪਰਲੇ ਪਾਸੇ ਲੱਗੀ ਹੈ। ਆ ਗਿਆ ਸਰਦਾਰ ਜੀ, ਆ ਦੇਖੋ ਮੈਨੂੰ ਲੱਗਦਾ ਕਿਸੇ ਨੇ ਸ਼ਰਾਰਤ ਕੀਤੀ। ਫੜਦੇ ਨੇ ਮੇਰੇ ਤੋਂ ਇਹ ਪਿੰਡ ਦੇ ਲੋਕ, ਮੇਰੇ ਕੋਲ ਇੰਨਾ ਪੈਸਾ ਕਿ ਮੈਂ 10 ਸਾਲ ਬੈਠ ਕੇ ਆਰਾਮ ਨਾਲ ਖਾ ਸਕਦਾ, ਪਰ ਜਿੰਨੇ ਵੀ ਅੱਗ ਲਾਈ ਹੈ ਜਿਸ ਦਿਨ ਮੇਰੇ ਕਾਬੂ ਆ ਗਿਆ, ਇੱਥੇ ਸਾੜੂ ਉਸਨੂੰ ਇਸੇ ਤਰ੍ਹਾਂ ਇਸ ਅੱਗ ਵਿੱਚ। ਪਤਾ ਨਹੀਂ ਕਿੱਥੇ ਰਹਿ ਗਏ ਤੁਸੀਂ ਬਾਬਾ ਜੀ, ਅੰਗ ਸੰਗ ਸਹਾਈ ਰਹੋ ਉਹਨਾਂ ਦੇ, ਅਸੀਂ ਭੁੱਲਣ ਹਾਰ ਤੇ ਤੁਸੀਂ ਬਖਸ਼ਣ ਹਾਰ। ਸਵੇਰੇ ਗੁੱਸੇ ਨਾਲ ਚਲੇ ਗਏ। ਰਾਜੂ ਦੇਖ ਲੂਗਾ ਇਹਨਾਂ ਸਾਰਿਆਂ ਨੂੰ, ਮੇਰੇ ਨਾਲ ਦਗਾ ਕੀਤਾ ਇਹਨਾਂ ਨੇ ਮੇਰੇ ਨਾਲ। ਰਾਜੂ ਜੇ ਦੇਖ ਲੂਗਾ ਇਹਨਾਂ ਨੂੰ, ਸਾਰਿਆਂ ਨੂੰ ਦੇਖ ਲੂ, ਮੈਂ ਦੇਖ ਲੂਗਾ। ਮੈਂ ਤੁਸੀਂ ਆ ਗਏ, ਤੁਸੀਂ ਕਿੱਥੇ ਸੀ? ਮੈਂ ਤੁਸੀਂ ਸ਼ਰਾਬ ਪੀਤੀ ਹੋਈ ਆ? ਓਏ ਮੈਂ ਸ਼ਰਾਬ ਨਹੀਂ ਪੀਤੀ, ਮੈਂ ਪਰੇਸ਼ਾਨੀ ਹਟਾਉਣ ਵਾਲੀ ਦਵਾਈ ਪੀਤੀ ਆ। ਪਰੇਸ਼ਾਨੀ? ਸੁਣੋ ਜੀ, ਆਪਾਂ ਨੂੰ ਕਿਸ ਚੀਜ਼ ਦੀ ਪਰੇਸ਼ਾਨੀ ਆ? ਬਾਬਾ ਜੀ ਦੀ ਕਿਰਪਾ ਨਾਲ ਸਭ ਕੁਝ ਠੀਕ ਤਾਂ ਹੈ। ਓਏ ਤੇਰੇ ਬਾਬਾ ਜੀ ਦੀ ਕਿਰਪਾ ਨਾਲ ਸਾਰਾ ਕੁਝ ਸੜ ਕੇ ਸਵਾਹ ਹੋ ਗਿਆ। ਸ਼ੁਭ ਸ਼ੁਭ ਬੋਲੋ, ਕੀ ਤੁਸੀਂ ਅਵਾ ਤਵਾ ਬੋਲੀ ਜਾਂਦੇ ਹੋ? ਓਏ ਸ਼ੁਭ ਸ਼ੁਭ ਬੋਲ ਰਿਹਾ, ਸਾਰੀ ਫਸਲ ਨੂੰ ਅੱਗ ਲੱਗ ਗਈ, ਸੜ ਕੇ ਸਵਾਹ ਹੋ ਗਈ, ਇਹਦੇ ਨਾਲ ਸ਼ੁਭ ਕੀ ਹੋ ਸਕਦਾ? ਫਸਲ ਨੂੰ ਅੱਗ? ਆਪਣੀ ਫਸਲ ਨੂੰ ਅੱਗ? ਪਰ ਕਿੱਦਾਂ, ਕੀ ਹੋਇਆ? ਆ ਪੁੱਛ ਲੈ ਆਪਣੇ ਬਾਬਾ ਜੀ ਤੋਂ, ਤੂੰ ਕਹਿੰਦੀ ਹੈ ਨਾ ਜਾਣਦੇ ਸਾਰਾ ਕੁਛ, ਜੇ ਪੁੱਛ ਲੈ ਤੈਨੂੰ ਦੱਸ ਦੇਣਗੇ। ਪਲੀਜ਼ ਇੰਜ ਨਾ ਬੋਲੋ, ਤੁਸੀਂ ਇੰਜ ਕਰੋ, ਤੁਸੀਂ ਹੱਥ ਮੂੰਹ ਧੋ, ਮੈਂ ਹੁਣੀ ਰੋਟੀ ਲੈ ਕੇ ਆਉਂਦੀ ਹਾਂ। ਕੋਈ ਰੋਟੀ ਨਹੀਂ,
ਕੋਈ ਰੋਟੀ ਨਹੀਂ, ਬਹੁਤ ਪੈਸਾ ਮੇਰੇ ਕੋਲ, ਬਹੁਤ ਪੈਸਾ, ਬਹੁਤ ਪੈਸਾ, ਬਹੁਤ ਪੈਸਾ। ਉੱਠੋ ਤਾਂ ਸਹੀ, ਗੱਲ ਤਾਂ ਸੁਣੋ ਮੇਰੀ। ਹਾਏ ਰੱਬਾ, ਇਹ ਕੀ ਹੋ ਗਿਆ? ਸਾਈ ਬਾਬਾ ਬੁੱਢਨ ਸ਼ਾਹ ਜੀ, ਇਹਨਾਂ ਨੂੰ ਬੁੱਧੀ ਬਖਸ਼ੋ, ਆਸਰਾ ਰੱਖੋ ਸਾਡੇ ਉੱਪਰ। ਪਤਾ ਨੀ ਕੀ ਆਵਾ ਤਵਾ ਬੋਲੀ ਜਾਂਦੇ ਨੇ, ਸਾਨੂੰ ਬਖਸ਼ ਦੋ, ਬਖਸ਼ ਦੋ ਬਾਬਾ ਜੀ, ਸਾਨੂੰ ਬਖਸ਼ ਦੋ। ਜਿਹੜੇ ਬੰਦੇ ਨੇ ਇੰਨੀ ਮਿਹਨਤ ਕੀਤੀ ਹੁੰਦੀ ਆ, ਜਦੋਂ ਫਸਲ ਸੜਦੀ ਆ, ਪਤਾ ਉਦੋਂ ਲੱਗਦਾ ਰੱਬ ਦੇ ਅੱਗੇ ਕਿਸੇ ਦਾ ਜੋਰ, ਕਿਹੜਾ ਰੱਬ ਨੂੰ ਮੰਨ, ਜੋਰ ਤਾਂ ਕਿਸੇ ਦਾ ਨਹੀਂ ਹੈ। ਆਪਣੀ ਕਰਾਮਾਤ ਵਿਖਾਈ ਦਿੱਤੀ। ਬਹੁਤ ਮਾੜੀ ਗੱਲ ਹੋਈ ਜੀ, ਕੱਲ ਫਸਲਾਂ ਨੂੰ ਅੱਗ ਤੇ ਰਾਤ ਨੂੰ ਚੋਰੀ। ਮੈਨੂੰ ਤਾਂ ਲੱਗਦਾ ਸਾਥੋਂ ਹੀ ਕੋਈ ਭੁੱਲ ਹੋ ਗਈ। ਭੁੱਲ ਦਾ ਹੀ ਨਤੀਜਾ ਹੈ, ਵਰਨਾ ਇੱਕ ਦਿਨ ਵਿੱਚ ਐਡਾ ਵੱਡਾ ਨੁਕਸਾਨ। ਧੰਨ ਬਾਬਾ ਬੁੱਢਨ ਸ਼ਾਹ, ਤੇਰਾ ਹੀ ਆਸਰਾ। ਜੇ ਤੁਹਾਡੇ ਸਭਨਾਂ ਦਾ ਭਾਸ਼ਣ ਖਤਮ ਹੋ ਗਿਆ ਹੋਵੇ ਤੇ ਮਹਿਫਲ ਬਰਖਾਸਤ ਕਰੀਏ। ਦੇਖ ਵੀ ਜੋਰਾਵਰ ਸਿੰਘ, ਬਸ ਤੁਸੀਂ ਸਾਰੇ ਆਪਣੇ ਆਪਣੇ ਘਰੇ ਜਾ ਸਕਦੇ ਹੋ, ਮੈਂ ਆਪਣੇ ਆਪ ਦੇਖ ਲੂੰਗਾ। ਠੀਕ ਹੈ, ਚਲੋ ਬੇ ਚੱਲੀਏ, ਚਲੋ ਚੱਲੀਏ। ਸਮਝਾਣ ਦਾ ਸਮਝਦਾ ਹੀ ਨਹੀਂ ਬੰਦਾ, ਤੇ ਕੀ ਕਰ ਸਕਦੇ। ਤੁਸੀਂ ਇਹ ਸਭ ਕੁਛ ਠੀਕ ਨਹੀਂ ਕੀਤਾ, ਜੇ ਮੇਰੇ ਮੰਨੋ ਤਾਂ ਕਿਉਂ ਨਾ ਆਪਾਂ ਸਾਈਂ ਬਾਬਾ ਬੁੱਢਨ ਸ਼ਾਹ ਜੀ ਦਰਬਾਰ ਤੇ ਚੱਲੀਏ। ਜਦੋਂ ਦੇ ਆਪਾਂ ਉੱਥੋਂ ਦੀ ਬਿਨਾਂ ਮੱਥਾ ਟੇਕ ਕੇ ਆਏ ਆ, ਘਰ 'ਚ ਕੁਛ ਵੀ ਠੀਕ ਨਹੀਂ ਹੋ ਰਿਹਾ। ਮੈਂ ਨਹੀਂ ਜਾਂਦਾ ਕਿਸੇ ਦਰਬਾਰ ਦਰਬੂਰ ਤੇ, ਪੈਸਾ ਤਾਂ ਹੱਥਾਂ ਦੀ ਮੈਲ ਆ, ਬਥੇਰਾ ਤੇ ਹੋਰ ਕਮਾਲੂ ਮੈਂ। ਮੇਰੀ ਸੁਣੋ ਜੀ ਗੱਲ, ਜਿਹੜੇ ਮੂੰਹ ਉੱਪਰ ਚੁੱਕ ਕੇ ਤੁਰਦੇ ਨੇ ਨਾ, ਹਮੇਸ਼ਾ ਠੋਕਰ ਖਾਂਦੇ ਨੇ। ਤੂੰ ਬਿਲਕੁਲ ਗਲਤ, ਮੂੰਹ ਤੇ ਨਿਗਾਹਾਂ ਉੱਪਰ ਚੱਕ ਕੇ ਤੁਰਨ ਵਾਲਿਆਂ ਦੇ ਟੀਚੇ ਵੀ ਹਮੇਸ਼ਾ ਉੱਚੇ ਹੁੰਦੇ ਨੇ। ਨਾਲੇ ਜਿਹੜੀਆਂ ਮੇਰੇ ਕੋਲੋਂ ਨਿਗਾਹਾਂ ਨੇ, ਉਹ ਕਿਸੇ ਹੋਰ ਕੋਲ ਨਹੀਂ। ਯਾਰ ਜੈਲਿਆ, ਅੱਜ ਤਰੀਕ ਹੈ 22 ਤੇ ਦਿਨ ਹੈ ਸੋਮਵਾਰ, ਫਿਰ ਅੱਜ ਵਾਰ ਕਿਹੜਾ? ਸੋਮਵਾਰ ਆਪੇ ਦੱਸ ਕੇ ਆਪੇ ਭੁੱਲ ਜਾਂਦਾ, ਭੰਗ ਛੱਡ ਦੇ ਭੰਗੀ ਭੰਗ। ਲੈ ਛੱਡ ਤੀ, ਸੱਚੀ ਸੱਚੀ 5 ਮਿੰਟ ਹੋਏ ਛੱਡੀ ਨੂੰ, ਫਿਟੇ ਮੂੰਹ ਤੇਰੇ। ਓਏ ਕੰਮ ਕਾਰ ਕਰ ਲਿਆ ਕਰੋ, ਨਹੀਂ ਤਾਂ ਥੱਪੜ ਮਾਰ ਕੇ ਤੁਹਾਡੇ ਮੂੰਹ ਪਾਉਂਦੂ ਤੁਹਾਡੇ। ਸਰਦਾਰ ਜੀ, ਮੇਰਾ ਮੂੰਹ ਤਾਂ ਛੋਟਾ ਜਿਹਾ ਹੈ, ਇਹਦਾ ਬੂਥਾ ਭੰਨ ਦੋ। ਬਕਵਾਸ ਬੰਦ ਕਰੋ, ਓਏ ਜਿਹੜਾ ਤੁਹਾਨੂੰ ਕੰਮ ਦਿੱਤਾ ਸ਼ਾਮ ਤੱਕ ਖਤਮ ਕਰ ਲਓ, ਨਹੀਂ ਤਾਂ ਦਫਾ ਹੋ ਜਾਓ ਇੱਥੋਂ। ਓਏ ਜੈਲਿਆ, ਇਹ ਸਰਦਾਰ ਹੈ ਯਾ ਕਾਦਰ ਖਾਨ? ਚੱਲ ਫਿਰ ਕਰੀਏ ਉਹ ਕੀ ਜਿਹੜਾ ਕੰਮ ਕਹਿ ਕੇ ਗਿਆ। ਓਹ
ਅੱਗੇ ਮੇਰਾ ਰਾਜਾ ਬੇਟਾ ਖੇਡੂਗਾ ਇਹਦੇ ਨਾਲ ਖੇਡੂਗਾ ਖੇਡੋ ਮੇਰੀ ਸਵੀਟ ਬੇਬੀ ਹੈਲੋ ਹਾਂ ਪੰਗੀ ਕੀ ਹੋਇਆ ਕੀ ਹੋਇਆ ਸਰਦਾਰ ਜੀ ਨੂੰ ਕਿਹੜੇ ਹਸਪੀਟਲ ਵਿੱਚ ਹਾਏ ਰੱਬਾ ਤੂੰ ਰੁਕ ਮੈਂ ਹੁਣੀ ਆਉਂਦੀ ਹਾਂ ਹੈ ਬਾਬਾ ਜੀ ਸੁੱਖ ਰੱਖਿਓ ਬਸ Thank you.
ਬੰਦ ਹੀ ਰੱਖਿਓ, ਜਦੋਂ ਮੈਂ ਕਹਾਂਗਾ ਫਿਰ ਖੋਲ੍ਹਣੀ ਆ। ਹੁਣ ਤੁਸੀਂ ਆਪਣੀਆਂ ਅੱਖਾਂ ਹੌਲੀ ਹੌਲੀ ਖੋਲ੍ਹੋ। ਹੁਣ ਇਹਨਾਂ ਦੀ ਅੱਖਾਂ ਦੀ ਰੋਸ਼ਨੀ ਕਦੀ ਵਾਪਸ ਨਹੀਂ ਆਏਗੀ, ਕਦੀ ਵਾਪਸ ਨਹੀਂ ਆਏਗੀ, ਕਦੀ ਵਾਪਸ ਨਹੀਂ ਆਏਗੀ, ਕਦੀ ਵਾਪਸ ਨਹੀਂ ਆਏਗੀ, ਕਦੀ ਵਾਪਸ ਨਹੀਂ ਆਏਗੀ। ਬਾਬਾ ਬੁੱਢਨ ਸ਼ਾਹ ਜੀ, ਸਾਡੇ ਤੇ ਰਹਿਮ ਕਰੋ, ਰਹਿਮ ਕਰੋ, ਸਾਡੇ ਤੇ ਰਹਿਮ ਕਰੋ। ਬਸ ਮੇਰੇ ਸਾਹਮਣੇ ਕਿਸੇ ਬਾਬੇ ਦਾ ਨਾਮ ਨਹੀਂ ਲੈਣਾ। ਬਸ ਡਾਕਟਰ ਸਾਹਿਬ, ਬਹੁਤ ਪੈਸਾ ਮੇਰੇ ਕੋਲੋਂ, ਮੇਰੇ ਕੋਲ ਬਹੁਤ ਪੈਸਾ, ਮੈਂ ਤਾਂ ਬਹੁਤ ਪੈਸਾ ਦੇਵਾਂਗਾ। ਤੁਸੀਂ ਤੁਸੀਂ ਕੁਛ ਵੀ ਕਰਕੇ ਮੇਰੀ ਅੱਖਾਂ ਦੀ ਰੋਸ਼ਨੀ ਵਾਪਸ ਦਿਲਾ ਦਿਓ, ਦਿਲਾਓ ਡਾਕਟਰ ਸਾਹਿਬ, ਡਾਕਟਰ ਸਾਹਿਬ, ਡਾਕਟਰ ਸਾਹਿਬ। ਆਈ ਐਮ ਸੌਰੀ ਜੀ। ਨਹੀਂ ਡਾਕਟਰ ਸਾਹਿਬ, ਡਾਕਟਰ ਸਾਹਿਬ, ਨਹੀਂ ਨਹੀਂ ਡਾਕਟਰ ਸਾਹਿਬ, ਨਹੀਂ ਡਾਕਟਰ ਸਾਹਿਬ, ਡਾਕਟਰ ਸਾਹਿਬ। ਤੇਰੀ ਨਿਮਰਤਾ ਸਦਕਾ ਕੋਈ ਬਹੁਤ ਵੱਡੀ ਔਲੇ ਟਲ ਗਈ ਬੀਬਾ। ਜੋ ਹੋਇਆ ਬਹੁਤ ਮਾੜਾ ਹੋਇਆ, ਪਰ ਸਾਨੂੰ ਸਾਈਂ ਜੀ 'ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ, ਡੋਲਣਾ ਨਹੀਂ ਚਾਹੀਦਾ। ਬੀਬਾ ਤੁਸੀਂ ਸਾਈਂ ਜੀ ਅੱਗੇ ਅਰਦਾਸ ਕਰੋ, ਬੇਨਤੀ ਕਰੋ, ਜੋਦੜੀ ਕਰੋ, ਅਸੀਂ ਵੀ ਦੁਆ ਕਰਾਂਗੇ, ਬਾਕੀ ਜੋ ਹੋਣਾ ਉਹ ਸਾਈਂ ਜੀ ਨੂੰ ਮਨਜ਼ੂਰ। ਸ਼ਾਹ ਬਾਬਾ ਜੀ, ਮੈਂ ਤਾਂ ਬਸ ਇਹੀਓ ਚਾਹੁੰਦੀ ਹਾਂ ਕਿ ਉਹ ਇੱਕ ਵਾਰ ਮੇਰੇ ਨਾਲ ਸਾਈਂ ਬਾਬਾ ਬੁੱਢਨ ਸ਼ਾਹ ਜੀ ਦਰਬਾਰ 'ਤੇ ਚੱਲਣ ਅਤੇ ਆਪਣੀ ਭੁੱਲ ਬਖਸ਼ਾਣ। ਇੰਨਾ ਕੁਛ ਹੋ ਗਿਆ ਫਿਰ ਵੀ ਆਪਣੀ ਜਿੱਤ 'ਤੇ ਅੜੇ ਨੇ ਉਹ। ਇਹੀਓ ਤਾਂ ਹੋਮੇ ਹੈ, ਇਹੀਓ ਹੰਕਾਰ ਜੋ ਇਨਸਾਨ ਤੋਂ ਮਾੜੇ ਚੰਗੇ ਕਰਮ ਕਰਾਉਂਦਾ। ਇਨਸਾਨ ਉਸ ਖੁਦਾ ਨੂੰ ਵੀ ਕੁਝ ਨਹੀਂ ਸਮਝਦਾ, ਪਰ ਉਹ ਅੱਲਾ ਤਾਲਾ, ਉਹ ਖੁਦਾਵੰਦ ਕਰੀਮ ਸਾਡੀ ਹਰ ਇੱਕ ਭੁੱਲ ਨੂੰ, ਸਾਡੀ ਹਰ ਇੱਕ ਗਲਤੀ ਨੂੰ ਮਾਫ਼ ਕਰਦਾ। ਉਹ ਸਾਡੇ ਗੁਣ ਅਵਗੁਣ ਨਹੀਂ ਦੇਖਦਾ। ਹੁਣ ਤੁਸੀਂ ਘਰ ਜਾਓ, ਬਾਕੀ ਸਾਰੀ ਗੱਲ ਸਾਈਂ ਬਾਬਾ ਬੁੱਢਨ ਸ਼ਾਹ ਜੀ 'ਤੇ ਛੱਡ ਦਿਓ। ਜੈ ਸਾਈਂ ਜੀ ਦੀ। ਜੈ ਸਾਈਂ ਬੁੱਢਨ ਸ਼ਾਹ ਜੀ ਦੀ। ਉਹਦੀਆਂ ਰਹਿਮਤਾਂ ਦੇ ਖਜ਼ਾਨੇ 'ਚ ਤਾਂ ਕੋਈ ਕਮੀ ਨਹੀਂ, ਜੇ ਕਮੀ ਹੈ ਤਾਂ ਸਾਡੇ ਵਿੱਚ, ਕਿਉਂਕਿ ਉਸ ਨੂੰ ਤਾਂ ਆਪਣੇ ਬੱਚਿਆਂ ਦਾ, ਆਪਣੇ ਭਗਤਾਂ ਦਾ, ਆਪਣੇ ਮੁਰੀਦਾਂ ਦਾ ਪਿਆਰ ਚਾਹੀਦਾ। ਮਾਲਕ ਦੇ ਦਰਬਾਰ ਵਿੱਚ ਕੇਵਲ ਭਗਤ ਪਿਆਰ। ਆਲੋ ਪਾਣੀ। ਅੱਜ ਤੱਕ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਮੰਨੀਆਂ, ਜੇ ਤੁਸੀਂ ਮੇਰੀ ਇੱਕ ਗੱਲ ਮੰਨੋ ਤਾਂ। ਕਿਹੜੀ? ਮੇਰਾ ਦਿਲ ਇੰਜ ਕਹਿੰਦਾ ਹੈ ਕਿ ਜੇ ਆਪਾਂ ਸਾਈਂ ਬਾਬਾ ਬੁੱਢਨ ਸ਼ਾਹ ਜੀ ਦੇ ਚੱਲੀਏ ਤਾਂ ਤੁਹਾਡੀ ਅੱਖਾਂ ਦੀ ਰੋਸ਼ਨੀ ਜ਼ਰੂਰ ਵਾਪਸ ਮਿਲ ਜੂਗੀ। ਹਾਂ ਵੀ ਬਾਈ ਜੋਰਾਵਰ ਸਿੰਘ। ਹਾਂ ਬਾਈ, ਭਾਬੀ ਠੀਕ ਹੀ ਕਹਿੰਦੀ ਹੈ। ਉਹ ਜਿਹੜਾ ਹਨੇਰੀਆਂ 'ਚ ਚਿਰਾਗ ਬਾਲ ਦਿੰਦਾ ਹੈ, ਜਿਹਦਾ ਸ਼ੇਰ ਬੱਕਰੀਆਂ ਚਾਰਦਾ ਹੈ, ਕੀ ਉਹ ਤੇਰੇ ਅੱਖਾਂ ਦੀ ਰੋਸ਼ਨੀ ਵਾਪਸ ਨਹੀਂ ਦੇਗਾ? ਇਹ ਠੀਕ ਕਹਿੰਦੇ ਨੀ ਵੀਰ ਜੀ, ਇੱਕ ਵਾਰੀ ਜਾ ਕੇ ਤਾਂ ਵੇਖੋ, ਖਾਲੀ ਝੋਲੀਆਂ ਭਰ ਜਾਂਦੀਆਂ ਨੀ ਉੱਥੇ।
ਰਾਜੂ, ਆਪਾਂ ਕੱਲ੍ਹ ਸਾਈਂ ਬਾਬਾ ਬੁੱਢਣ ਸ਼ਾਹ ਜੀ ਦੇ ਦਰਬਾਰ 'ਤੇ ਚੱਲਾਂਗੇ। ਹਾਂ, ਬਾਈ ਜੀ, ਜੇ ਤੁਹਾਡਾ ਹੁਕਮ ਹੋਵੇ ਤਾਂ ਮੈਂ ਗੱਡੀ ਲੈ ਕੇ ਆਵਾਂ। ਨਹੀਂ ਗੁਰਮੀਤ, ਮੈਂ ਤਾਂ ਰਾਜੂ ਕੱਲ੍ਹ ਪੈਦਲ ਹੀ ਚੱਲਾਂਗੇ। ਪਰ ਮੈਨੂੰ ਤਾਂ ਮੰਗਣਾ ਵੀ ਨਹੀਂ ਆਉਂਦਾ, ਮੈਂ ਬਾਬਾ ਜੀ ਤੋਂ ਆਪਣੀਆਂ ਅੱਖਾਂ ਦੀ ਰੋਸ਼ਨੀ ਕਿਵੇਂ ਮੰਗਾਂਗਾ। ਤੁਸੀਂ ਘਬਰਾਓ ਨਾ, ਉਹਨਾਂ ਨੇ ਝੁਕਣਾ ਤਾਂ ਸਿਖਾਤਾ, ਭਲਾ ਮੰਗਣ ਦੀ ਕੀ ਲੋੜ ਹੈ। ਬਿਨਾਂ ਮੰਗੇ ਸਭ ਦੀਆਂ ਝੋਲੀਆਂ ਭਰਦੇ ਨੇ। ਤੁਸੀਂ ਇੱਥੇ ਬੈਠੋ, ਮੈਂ ਸ਼ਾਹ ਬਾਬਾ ਜੀ ਨੂੰ ਹੁਣੀ ਇਹ ਖਬਰ ਸੁਣਾ ਕੇ ਆਈ। ਰਾਜੂ, ਤੂੰ ਦੱਸ ਤੇ ਮੈਂ ਵੀ ਉਹਨਾਂ ਤੋਂ ਮਾਫ਼ੀ ਮੰਗਾਂਗਾ। ਠੀਕ ਹੈ ਭਾਬੀ, ਠੀਕ ਹੈ, ਜਦ ਤੱਕ ਤੂੰ ਆਉਂਦੀ ਹੈ ਅਸੀਂ ਬਾਈ ਜੀ ਦੇ ਕੋਲ ਹੀ ਬੈਠੇ। ਜੈ ਸਾਈਂ ਜੀ ਦੀ ਬਾਬਾ ਜੀ। ਬੀਬਾ ਜੈ ਸਾਈਂ ਪੀਰ ਬੁੱਢਣ ਸ਼ਾਹ ਜੀ ਦੀ। ਬਹੁਤ ਚੰਗਾ ਹੋਇਆ ਜੀ, ਤੁਸੀਂ ਮੈਨੂੰ ਰਸਤੇ ਦੇ ਵਿੱਚ ਹੀ ਮਿਲ ਗਏ, ਮੈਂ ਤੁਹਾਡੇ ਵੱਲ ਹੀ ਆ ਰਹੀ ਸੀ। ਮੈਨੂੰ ਲੱਗਦਾ ਹੈ ਵੀ ਚੋਰਾਵਰ ਬਾਬਾ ਬੁੱਢਣ ਸ਼ਾਹ ਜੀ ਦਰਬਾਰ ਤੇ ਜਾਣ ਨੂੰ ਮੰਨ ਗਿਆ। ਹਾਂਜੀ ਬਾਬਾ, ਉਹ ਤਾਂ ਮੰਨ ਗਏ ਨੇ, ਅਸੀਂ ਸਾਰੇ ਚੱਲੋ, ਤੁਸੀਂ ਵੀ ਸਾਡੇ ਨਾਲ ਚੱਲੋ। ਬੀਬਾ, ਸਾਡਾ ਤਾਂ ਮਨ ਹਮੇਸ਼ਾ ਹੀ ਸਾਈਂ ਜੀ ਦੇ ਚਰਨਾਂ 'ਚ ਰਹਿੰਦਾ। ਜਦ ਮੈਂ ਵੇਖਾਂ ਉਹ ਵੇਖਦਾ ਨਹੀਂ ਹੋ, ਜਦ ਮੈਂ ਨਾ ਵੇਖਾਂ ਤੇ ਉਹ ਵੇਖੇ। ਇੰਨੇ ਲੇਖ ਚੰਗੇ ਕਿੱਥੇ ਮੇਰੇ ਜੇ ਸਾਈਂ ਵੇਖਣ ਦੇ ਵਿੱਚ ਵੇਖੇ। ਸਾਈਂ ਪੀਰ ਬੁੱਢਣ ਸ਼ਾਹ ਤਾਂ ਦਿਲ ਵਿੱਚ ਵੱਸਦਾ, ਸਾਨੂੰ ਐਵੇਂ ਪੈਣ ਭੁਲੇਖੇ। ਗੁਲਾਮ ਫਰੀਦ ਰਹੇ ਸਾਈਂ ਬੇਵਸਦਾ, ਭਾਵੇਂ ਵੇਖੇ ਤੇ ਭਾਵੇਂ ਨਾ ਵੇਖੇ। ਤੁਸੀਂ ਕੱਲ੍ਹ ਜਾਣ ਦੀ ਤਿਆਰੀ ਕਰੋ ਤੇ ਹੋ ਸਕਦਾ ਅਸੀਂ ਤੁਹਾਨੂੰ ਉੱਥੇ ਹੀ ਮਿਲੀਏ। ਜਿਵੇਂ ਤੁਹਾਨੂੰ ਠੀਕ ਲੱਗਦਾ ਬਾਬਾ। ਜੈ ਸਾਈਂ ਜੀ। ਜੈ ਸਾਈਂ ਬਾਬਾ ਬੁੱਢਣ ਸ਼ਾਹ ਜੀ ਦੇ। ਬਾਬਾ ਦਾਤਾ ਦਾਤਾ ਭਰਮ ਰੱਖਦੇ ਲੱਜਾਂ ਪਾਲਦੇ ਨੇ, ਇੱਥੇ ਪੀਰ ਫਕੀਰ ਅਮੀਰ ਸਾਰੇ ਮਨ ਤਾਂ ਮੰਨਦੇ ਨੇ ਦੀਵੇ ਬਾਲਦੇ ਨੇ। ਪੀਰ ਹੋਰ ਵੀ ਦੁਨੀਆਂ ਚ ਹਨ, ਭਾਵੇਂ ਬੁੱਢਣ ਸ਼ਾਹ ਤੇ ਪੀਰ ਕਮਾਲ ਦੇ ਨੇ। ਬੜੀ ਨਿਜ਼ਾਮੀ ਅੱਲਾ ਦਾ ਸ਼ਾਨ ਵੇਖੋ, ਕਈਆਂ ਭੁੱਖਿਆਂ ਨੂੰ ਦਾਤਾ ਪਾਲਦੇ ਨੇ।
ਮੂੰਹੋਂ ਮੰਗੀਆਂ ਮੁਰਾਦਾਂ ਪਾਵੇ ਗੋ ਜੀ ਫਕੀਰ ਪੀਰ ਪੀਰਾਂ ਦੇ ਪੀਰ ਜਿੱਥੇ ਪੂਰੀ ਦੁਨੀਆ ਸਜਦਾ ਕਰਦੀ ਆ ਜਿੱਥੇ ਲੋਕਾਂ ਦੀਆਂ ਸੁੱਖਾਂ ਵਰ ਆਉਂਦੀਆਂ ਜਿਨ੍ਹਾਂ ਦਾ ਸਥਾਨ ਕੀਰਤਪੁਰ ਸਾਹਿਬ ਦੇ ਵਿੱਚ ਜਿੱਥੇ ਲੋਕ ਅਦਬ ਨਾਲ ਮੱਥਾ ਟੇਕਦੇ ਆ ਸਲਾਮ ਕਰਦੇ ਆ ਸੋ ਬਾਬਾ ਜੀ ਦੀ ਉਮਰ 802 ਸਾਲ 13 ਦਿਨ ਦੀ ਹੋਈ ਆ ਜਿਹਦੇ ਵਿੱਚ ਉਹਨਾਂ ਨੇ 775 ਸਾਲ ਸਿਰਫ ਬੰਦਗੀ ਕੀਤੀ ਤਾਜਦਾਰਾਂ ਦੇ ਨਾ ਅਮੀਰਾਂ ਦੇ ਦੀਵੇ ਵਲਦੇ ਸਦਾ ਫਕੀਰਾਂ ਇਹਨਾਂ ਉੱਚੇ ਰੋਜ਼ਿਆਂ ਵਾਲਿਆਂ ਦੀ ਦਰਗਾਹ ਵਿੱਚ ਵੀ ਸਰਦਾਰੀ ਏ ਕਈ ਬਦਲ ਜ਼ਿੰਦਗੀ ਉਸੇ ਦੀ ਉੱਤੇ ਡਿੱਗਿਆਂ ਦਾ ਨਾ ਅਰਸ਼ਾਂ ਵਿੱਚ ਪਹੁੰਚਾ ਦਿੰਦੇ ਨਾ।
ਤਸਵੀਰ ਬਦਲਦੀ ਵੇਖੀ ਤੂੰ, ਤਸਵੀਰ ਬਦਲਦੀ ਵੇਖੀ ਤੂੰ, ਜਦ ਪੀਰਾਂ ਦਾ ਸ਼ਾਹ ਜੀ ਜਿਨ੍ਹਾਂ ਨੇ ਕਿ ਬੱਕਰੀਆਂ ਰੱਖੀਆਂ ਹੋਈਆਂ ਸੀ, ਪਰ ਉਹ ਕਮਾਲ ਐਸਾ ਸੀ ਕਿ ਬਾਬਾ ਜੀ ਦੀਆਂ ਬੱਕਰੀਆਂ ਸ਼ੇਰ ਚਾਰਿਆ ਕਰਦੇ ਸੀ, ਉਹਨਾਂ ਦਾ ਪਹਿਰੇਦਾਰ, ਉਹਨਾਂ ਦਾ ਬੱਕਰੀਆਂ ਚਾਰਨ ਵਾਲਾ ਜੋ ਸੀ ਉਹ ਸ਼ੇਰ ਸੀ, ਬੜਾ ਕਮਾਲ ਸੀ। ਕਿਉਂਕਿ ਜੰਗਲਾਂ ਵਿੱਚ ਮੰਗਲ ਕਰ ਦਿੰਦੇ ਜਿੱਥੇ ਹੋਵੇ ਵਾਸਾ ਸੰਤਾਂ ਦਾ, ਰੱਬ ਨੂੰ ਵੀ ਮੰਨਣਾ ਪੈਂਦਾ ਏ, ਕੀਤਾ ਅਰਦਾਸਾ ਸੰਤਾਂ ਦਾ, ਚਾਹ ਪੂਰੀ ਹੋ ਜਾ ਹਰ ਦਿਲ ਦੀ, ਹੋਵੇ ਪ੍ਰਵਾਸਾ ਸੰਤਾਂ ਦਾ, ਪੁੱਟ ਦਿੰਦੇ ਜਿਹੜਾ ਉਹ ਵਰਸ਼ ਦੀਆਂ ਜਿਹੜਾ ਕਰੇ ਤਮਾਸ਼ਾ ਸੰਤਾਂ ਦਾ। ਇਸ ਦਰ ਤੇ ਜੋ ਵੀ ਆ ਜਾਵੇ ਉਹਨੂੰ ਥੋੜੀ ਕੋਈ ਨਾ ਰਹਿੰਦੀ ਏ, ਉਹਨੂੰ ਥੋੜੀ ਕੋਈ ਨਾ ਰਹਿੰਦੀ ਏ, ਉਹਨੂੰ ਥੋੜੀ ਕੋਈ ਨਾ ਰਹਿੰਦੀ ਏ। ਸਾਈਂ ਸੁਤੜੇ ਵਾਂਗ ਜਗਾ ਸ਼ਫੀ ਮੌਕਾ ਖੁੰਝ ਗਿਆ ਜੇ ਹੱਥੋਂ, ਸ਼ਫੀ ਮੌਕਾ ਖੁੰਝ ਗਿਆ ਜੇ ਹੱਥੋਂ, ਫਿਰ ਵੇਲੇ ਨੂੰ ਪਛਤਾਵਾ ਮੇਰਾ। ਬਾਬੇ ਬੁੱਢੀ ਨਿਸ਼ਾਨ ਜੀ ਦਾ ਬਣਦੇ ਸਹੀ, ਮੂੰਹ ਮੰਗੀਆਂ ਮੁਰਾ ਸਗੀ, ਮੂੰਹ ਮੰਗੀਆਂ ਮੁਰਾਦਾਂ ਪਾਵੇ ਗਾ ਬਾਬੇ ਬੁੱਢੀ ਨਿਸ਼ਾਨ ਜੀ ਦਾ। Oh,
राजू, 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 मैं देख सकता, बाबा जी ने मेरी आंखों की रोशनी मेरी बख्श दी, कृपा कर दी बाबा जी ने, राजू, तू सच कहती थी, सच कहती थी, ऐ तो मंगन दे लौटनी पेंदी, ये अपने आप सब कुछ दे देंदे ने, वाकई ये दिलन दे जानते, ये जाननी जानने, हाँ राजो, वाकई तो चमत्कार हो गया, चमत्कार हो गया। साई जी, मैनू माफ कर दो, मेरी ये दनावी अखा तुहाडी सच्चाई नू पहचान नहीं सकी, माफ कर दो, मैं वीरवार दे वीरवार तेरे दरबार आवांगा, मैं अज तक यही सोचता रहा, मेरे को जो कुछ भी है, मेरी हिम्मत, मेरी ताकत, पर नहीं बाबा जी, मैं गलत सी, ये सब तेरी कृपा, तेरी रहमत सी, तू दादा, ये सब तेरी ही दाता, हाँ, मैं माफ कर दे, मैनू बख्श दे देखो मैं तो तुहानू पहले कहा सी कि आपा बाबा जी दे कोल चलदे आ, देखिया तुहाडी अखा आ गईआं ना वापस, इह तां बहुत दयालू ने, बहुत ज्यादा। राजू चल आपां शाह बाबा जी तो चलिए। हां जरूर, जय साई जी दी। शाह बाबा जी आ वेखो, साई बाबा बुड्ढन शाह जी दी साडे ते कृपा हो गई। हां बाबा जी, साई बाबा बुड्ढन शाह जी ने मेरे अखां दी रोशनी वापस कर दी ते मैनूं माफ कर दिता। बाबा जी, मैं तुहाडा भी बहुत गुनहगार हूं, मैं तुहानूं हर वक्त बेइज्जत किया, ते तुसीं भी मैनूं माफ कर दिओ, माफ कर दिओ बाबा जी। नहीं वे नहीं सजना, बोल कबूल तां तूं बाबा बुड्ढन शाह नूं भी बहुत बोले, ਜੇ ਸਾਈ ਪੀਰ ਬਾਬਾ ਬੁੱਢਣ ਸ਼ਾਹ ਜੀ ਤੈਨੂੰ ਮਾਫ਼ ਕਰ ਸਕਦੇ ਆ, ਤੇਰੀਆਂ ਅੱਖਾਂ ਦੀ ਰੋਸ਼ਨੀ ਵਾਪਸ ਦੇ ਸਕਦੇ ਆ, ਤਾਂ ਮੈਂ ਤੈਨੂੰ ਮਾਫ਼ ਕਰਨ ਵਾਲਾ ਕੌਣ? ਬਸ ਲੋੜ ਤਾਂ ਇਸ ਗੱਲ ਦੀ ਹੈ ਕਿ ਉਸਦੀ ਰਜ਼ਾ 'ਚ ਰਹਿਣਾ ਸਿੱਖੋ, ਜੇ ਕਿਸੇ ਨੂੰ ਚੰਗਾ ਨਹੀਂ ਤਾਂ ਮਾੜਾ ਵੀ ਨਾ ਕਹੋ, ਹਰ ਇੱਕ ਨੂੰ ਪਿਆਰ ਕਰੋ, ਹਰ ਇੱਕ ਦੀ ਇੱਜ਼ਤ ਕਰੋ, ਕਿਉਂਕਿ ਉਹ ਮਾਲਕ ਹਰ ਇੱਕ ਦੇ ਦਿਲ ਵਿੱਚ ਜੋਤ ਸਰੂਪ ਬਿਰਾਜਮਾਨ। ਸੱਜਣਾ ਇੱਕ ਗੱਲ ਮੇਰੀ ਹੋਰ ਯਾਦ ਰੱਖੀ, ਮੈਂ ਮੇਰੀ ਨੂੰ ਮਾਰ ਕੇ ਨਿੱਕਾ ਨਿੱਕਾ ਕੁੱਟ ਉੱਚੇ ਦਰਵਾਜ਼ੇ ਪੀਰ ਬੁੱਢਣ ਸ਼ਾਹ ਜੀ ਦੇ ਨੀਮਾ ਹੋ ਕੇ ਲੁੱਟ ਲੈ, ਜਿੰਨਾ ਲੁੱਟ ਸਕਦਾ ਨੀਮਾ ਹੋ ਕੇ, ਕਿਉਂਕਿ ਮਾਲਕ ਦੇ ਦਰਬਾਰ ਵਿੱਚ ਕੇਵਲ ਭਗਤ ਪਿਆ। ਦਾਤਾ ਹੋ
ਫਕੀਰ ਅਮੀਰ।